ਪਹਿਲਾਂ ਵੱਡਿਆ ਤਲਵਾਰਾਂ ਨਾਲ, ਫਿਰ ਸਿੱਧਾ ਮੱਥੇ 'ਚ ਮਾਰੀ ਗੋਲੀ। 20 ਹਮਲਾਵਰਾਂ ਨੇ ਬੈਂਕ ਬਾਹਰ ਖੜ੍ਹੇ ਨੌਜਵਾਨ ਦਾ ਕਰ ਦਿੱਤਾ ਕਤਲ। ਤਾਂ ਦੱਸ ਦੇ ਕਿ ਗੋਲੀਆਂ ਮਾਰ ਕੇ ਇੱਕ ਸ਼ਖਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਤਾਂ ਕਈ ਨੌਜਵਾਨਾਂ ਨੇ ਪਹਿਲਾਂ ਤਾਂ ਉਸ 'ਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ। ਤਾਂ ਹਮਲੇ ਤੋਂ ਬਾਅਦ ਉਹਨਾਂ ਦੇ ਵੱਲੋਂ ਉਸ ਸ਼ਖਸ ਦੇ ਮੱਥੇ 'ਤੇ ਗੋਲੀ ਮਾਰ ਦਿੱਤੀ ਜਾਂਦੀ ਹੈ, ਜਿਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਤਾਂ ਹਮਲੇ ਦੇ ਵਿੱਚ ਉਸਦੇ ਨਾਲ ਇੱਕ ਹੋਰ ਸ਼ਖਸ ਸੀ, ਜਿਸਦੇ ਕਿ ਬਾਂਹ 'ਤੇ ਗੋਲੀ ਵੱਜਦੀ ਹੈ ਅਤੇ ਉਹ ਵੀ ਗੰਭੀਰ ਜ਼ਖਮੀ ਹੋ ਜਾਂਦਾ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ, ਜਿਸ ਦੇ ਵਿੱਚ 10 ਦਿਨ ਪਹਿਲਾਂ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਸੀ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਬਰਨਾਲਾ ਤੋਂ ਸਾਹਮਣੇ ਆ ਰਿਹਾ, ਜਿੱਥੇ ਦੋ ਧਿਰਾਂ ਦੇ ਵਿੱਚ ਪਹਿਲਾਂ ਲੜਾਈ ਹੁੰਦੀ ਹੈ। ਤਾਂ ਉਸ ਤੋਂ 10 ਦਿਨ ਬਾਅਦ, ਯਾਨੀ ਕਿ ਅੱਜ, ਉਹਨਾਂ ਦੇ ਵੱਲੋਂ ਬੈਂਕ ਦੇ ਬਾਹਰ ਇਹਨਾਂ ਦੋਨਾਂ 'ਤੇ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਪਹਿਲਾਂ ਤਾਂ ਇਹ ਤਲਵਾਰਾਂ ਦੇ ਨਾਲ ਹਮਲਾ ਕਰਦੇ ਨੇ ਅਤੇ ਫਿਰ ਗੋਲੀਆਂ ਚਲਾ ਦਿੰਦੇ ਨੇ, ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ, ਜਦਕਿ ਦੂਸਰਾ ਗੰਭੀਰ ਜ਼ਖਮੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੱਸ ਦੇ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਸੀ, ਜਿਸ ਨੂੰ ਲੈ ਕੇ ਇਹਨਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਦੋ ਨੌਜਵਾਨਾਂ ਦੇ ਉੱਤੇ 20 ਹਮਲਾਵਰਾਂ ਨੇ ਇਹ ਹਮਲਾ ਕੀਤਾ, ਜਿਸ ਦੇ ਵਿੱਚ ਇਹ ਪਹਿਲਾਂ ਤਲਵਾਰਾਂ ਦੇ ਨਾਲ ਉਸ 'ਤੇ ਹਮਲਾ ਕਰਦੇ ਨੇ ਅਤੇ ਫਿਰ ਉਹਨਾਂ ਦੇ ਵੱਲੋਂ ਮੌਕੇ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ। ਤਾਂ ਇਹ ਸਿੱਧਾ ਮੱਥੇ 'ਚ ਗੋਲੀ ਮਾਰੀ, ਜਿਸ ਕਾਰਨ ਇਸ ਸ਼ਖਸ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ, ਜਦਕਿ ਦੂਸਰਾ ਸ਼ਖਸ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ, ਜਿਸ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ। ਤਾਂ ਹੁਣ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਅਤੇ ਪੁਲਿਸ ਦੇ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹ ਜੀ, ਹੁਣ ਤੋਂ 1 ਘੰਟਾ ਪਹਿਲਾਂ ਦੀ ਗੱਲ ਹੈ ਜੀ, ਆਏ ਤੇ ਉਹਨਾਂ ਕੋਲੇ ਕੌਣ ਸੀ? ਪਿਸਟਲ ਸੀ, ਸਾਡੇ ਪਿੰਡ ਦੀ ਸੀਗੇ ਜੀ ਨੰਗ ਜੇ। ਅੱਛਾ, ਹਾਂਜੀ, ਤੇ ਪਿਸਟਲ ਸੀਗੇ ਉਹਨਾਂ ਕੋਲੇ, ਦੋ ਫਾਇਰ ਮਾਰਿਆ। ਹੁਣ ਸਰ ਜੀ, ਹੋਰ ਤਾਂ ਕੋਈ ਗੱਲਬਾਤ ਨਹੀਂ। ਕਿੱਥੇ ਸੀਗੇ ਉਹ ਵੀ ਡਿਟੇਲ? ਸਾਡੇ ਪਿੰਡ ਕਾਲੇ ਕੇ ਪਿੰਡ 'ਚ ਸੀ ਜੀ। ਕਿੱਥੇ ਖੜੇ ਸੀ ਤੁਸੀਂ? ਅਸੀਂ ਆਪਦਾ ਬੈਂਕ ਕੋਲੇ ਖੜੇ ਸੀ ਜੀ, ਏਟੀਐਮ ਕੋਲੇ। ਹਾਂਜੀ, ਉੱਥੇ ਆ ਕੇ ਫਾਇਰਿੰਗ ਹੋਈ ਹੈ ਜੀ, ਫਾਇਰ ਮਾਰੇ ਉਹਨਾਂ। ਹੋਰ ਉਹ ਹੋਣੇ ਜੀ 15-20 ਕਤੀੜਾਂ ਹੈਗੀਆਂ ਸੀ। ਤੁਹਾਡੇ ਨਾਲ ਕੌਣ ਸੀਗੇ ਸਾਥੀ? ਮੇਰਾ ਨਾਲ ਮੇਰਾ ਭਾਈ ਸੀ ਜੀ, ਰੁਪਿੰਦਰ ਸ਼ਰਮਾ। ਨਾ, ਅਸੀਂ 4 ਜਾਣੇ ਸੀਗੇ ਜੀ, 2 ਮੋਟਰਸਾਈਕਲਾਂ 'ਤੇ ਸੀਗੇ। ਹਾਂਜੀ, ਨਾ ਘੇਰਿਆ ਨਹੀਂ ਜੀ, ਆਉਣ ਸਾਰ ਸਿੱਧਾ ਫਾਇਰ ਹੀ ਮਾਰਿਆ ਜੀ। ਪਹਿਲਾ ਫਾਇਰ ਮੇਰੇ ਵੱਜਿਆ ਜੀ। ਹਾਂਜੀ, ਅਤੇ ਦੂਜਾ ਉਹਦੇ ਵੱਜ ਗਿਆ, ਉਹਦਾ ਮੈਨੂੰ ਪਤਾ ਨਹੀਂ ਲੱਗਿਆ ਜੀ, ਉਹਦੇ ਵੱਜਣ ਦਾ ਇੱਦੂ ਵੱਧ ਮੈਨੂੰ ਕੋਈ ਪਤਾ ਨਹੀਂ ਜੀ। ਹਾਂ, ਹਥਿਆਰ ਹੈਗੇ ਸੀ ਜੀ, ਗੜਾਸੇ ਗੜੂਸੇ ਹੈਗੇ ਸੀ ਜੀ, ਹੋਰ ਹਥਿਆਰ ਹੈਗੇ ਸੀ ਜੀ। ਰੰਜਿਸ਼ ਕੀ ਆ ਕਾਰਨ? ਰੰਜਿਸ਼ ਜੀ, ਇਹਨੂੰ 1-2 ਵਾਰੀ ਧਨੌਲੇ ਕੁੱਟ ਗਏ ਜੀ, ਉਹ ਇੱਥੇ ਆਪਣੇ ਬੱਸ ਸਟੈਂਡ 'ਤੇ ਜੀ, ਉਹੀ ਗੱਲ ਚੱਲ ਰਹੀ ਸੀ ਇਹਨਾਂ ਦੀ ਕੋਈ, ਇਹ ਰੰਜਿਸ਼ ਹੈ ਜੀ ਸਰ। ਕਿੰਨੇ ਸਮੇਂ ਤੋਂ ਪਹਿਲਾਂ ਦੀ ਜਿਹੜੀ ਲੜਾਈ ਚੱਲ ਰਹੀ ਹੈ ਰੰਜਿਸ਼? ਇਹ ਰੰਜਿਸ਼ ਜੀ ਕੋਈ ਆਹ ਬਸ ਥੋੜ੍ਹੇ ਦਿਨਾਂ ਦੀ ਹੈ ਜੀ ਗੱਲ, ਇਹਦੀ 5-6 ਦਿਨਾਂ ਦੀ ਗੱਲ ਹੈ ਜੀ। ਇਹਨੂੰ 2 ਵਾਰੀ ਇਹਦੇ ਨਾਲ ਪਹਿਲਾਂ ਲੜ ਪਏ ਸੀ ਇੱਥੇ ਜੀ ਧਨੌਲੇ। ਕਿੰਨੇ ਕੀ ਹੈਗਾ ਜਾਣਦੇ ਹੋ ਤੁਸੀਂ ਉਹਨਾਂ ਨੂੰ? ਹਾਂਜੀ, ਸਾਡੇ ਪਿੰਡ ਦੀ ਨੇ ਜੀ। ਇੱਕ ਤਾਂ ਜੀ ਮੁੰਨਾ ਜੀ, ਇੱਕ ਕਿੰਦੀ ਚੋਰ ਆ, ਅਤੇ ਇੱਕ ਜੀ ਆਹ ਇੱਥੋਂ ਆ ਸਾਡੇ ਗੁਆਂਢ 'ਚ ਹੀ ਹੈ ਜੀ ਮੁੰਡਾ, ਮੈਂ ਠੋਲੂ ਕਹਿ ਦਿੰਦੇ ਨੇ ਜਵਾਕ ਜਿਹਾ ਜੀ। 5-4 ਦਾ ਮੈਨੂੰ ਪਤਾ ਜੀ ਇਹਨਾਂ ਦਾ, ਹੋਰ ਮੈਨੂੰ ਪਤਾ ਨਹੀਂ ਸੀ ਜਿਹੜੇ 1-2 ਹੈਗੇ। ਹਾਂ, ਸੰਨਾ ਦਾ ਜੀ ਇੱਕ।
ਉਹ ਦੋਗਲਾ ਬੰਦਾ ਜੀ ਇਹਦੇ ਨਾਲ ਵੀ ਗੱਲ ਕਰਦਾ ਸੀ, ਉਹਨਾਂ ਨਾਲ ਵੀ ਗੱਲ ਕਰਦਾ ਸੀ। ਉਹ ਅੱਜ ਉਹਨੀ ਉਹਦੇ ਹੀ ਅਸਲਾ ਸੀਗਾ ਜੀ, ਉਹਦੇ ਕੋਲ ਸਾਰਾ ਕੁਛ ਆਇਆ ਹੋਇਆ ਜੀ। ਹਾਂਜੀ, ਲਸੰਸੀ ਤਾਂ ਹੁਣ ਜੀ ਚੋਣ ਜ਼ਾਬਤੇ 'ਚ ਕਿੱਥੇ ਹੋਣਗੇ ਜੀ, ਸਾਰੇ ਦੂਜੇ ਹੀ ਸੀਗੇ ਜੀ। ਹਸਪਤਾਲ ਜੀ ਮੇਰਾ ਸਾਡੇ ਘਰਾਂ 'ਚੋਂ ਹੀ ਆ ਮੁੰਡਾ, ਉਹ ਲੈ ਕੇ ਆਇਆ ਜੀ। ਇਹਨਾਂ ਦਾ ਕੋਈ ਲੜਾਈ ਦੇ ਵਿੱਚ ਜਦੋਂ ਫਾਇਰ ਵੱਜੇ ਨੇ ਜੀ, ਮੈਨੂੰ ਉੱਥੋਂ ਕਿਸੇ ਨੇ, ਮੈਂ ਐਂਬੂਲੈਂਸ ਚਲਾਉਣਾ ਹੈ, ਗੁਰੂ ਘਰ ਦੀ ਪਾਈ ਹੋਈ ਹੈ ਸਾਡੀ, ਮੈਂ ਉਹਦਾ ਡਰਾਈਵਰ ਹਾਂ ਜੀ। ਅਤੇ ਉੱਥੋਂ ਮੈਨੂੰ ਕਿਸੇ ਮੁੰਡੇ ਨੇ ਫੋਨ ਕਰਿਆ ਸੀ, ਸਾਡੇ ਨਗਰ ਦੇ ਨੇ, ਪਿੰਡ ਦੇ ਨੇ, ਉਹ ਕਹਿੰਦਾ ਵੀ ਐਂ ਕਰਕੇ ਮੁੰਡੇ 'ਤੇ ਗੋਲੀ ਵੱਜ ਗਈ, ਵੀ ਆ ਕੇ ਛੇਤੀ ਲੈ ਕੇ ਜਾਓ। ਅਤੇ ਮੈਂ ਐਂਬੂਲੈਂਸ ਲੈ ਕੇ ਗਿਆ ਜੀ, ਫਿਰ ਇਹਨਾਂ ਨੂੰ ਮੈਂ ਲੈ ਕੇ ਆਇਆ ਧਨੌਲੀ ਜੀ, ਧਨੌਲੀ ਆਪਣੇ ਹਸਪਤਾਲ ਸਰਕਾਰੀ 'ਚ। ਅਤੇ ਬਾਕੀ ਤੁਸੀਂ ਸਾਹਮਣੇ ਆ ਜੀ, ਹੁਣ ਮੁੰਡੇ ਇੱਕ ਤਾਂ ਡੈਥ ਹੋ ਗਈ ਜੀ ਮੁੰਡੇ ਦੀ, ਇੱਕ ਦੇ ਹੱਥ ਵੀ ਜੀ ਪੈਰ ਨਾਲ, ਹਾਂ ਉਹਦੀ ਮੌਕੇ ਦੀ ਜੋ ਅਸੀਂ ਗੱਡੀ 'ਚ ਪਾਇਆ ਉਹਦੀ ਡੈਥ ਤੀ, ਡੈਡ ਤੀ। ਅਤੇ ਕੋਈ ਇਦੋਂ ਬਾਅਦ ਉਹਦੀ ਡੈਡ ਤੀ ਮੁੰਡਾ ਜੀ।